ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਹੈ ਥੱਕੇ ਮਾਂ ਦੁਨਾਲੇ ਮੁੱਗੇ ਉੱਤੇ ਖੇਤ ਨੂੰ ਪਾਣੀ ਲਾਉਣ ਦੀ ਵਾਰੀ ਅੱਜ ਆਸੋ ਦੀ ਸੀ ਪਾਣੀ 10 ਵਜੇ ਵੱਢਣਾ ਸੀ ਸੂਰਜ ਕਾਫੀ ਉੱਚਾ ਹੋ ਆਇਆ ਸੀ ਆਸੋ ਨੇ ਗੁਰਦੇਵ ਨੂੰ ਗੁੜਚਾ ਬੰਨਣ ਤੇ ਬੋਤਲ ਚ ਦੁੱਧ ਪਾਉਣ ਲਈ ਆਖਿਆ ਤੇ ਆਪ ਸੰਦੂਖ ਵਿੱਚੋਂ ਜੇਬ ਘੜੀ ਕੱਢ ਕੇ ਮੇਰਾਬ ਨਾਲ ਸਮਾਂ ਮਿਲਾਉਣ ਤੁਰ ਗਏ ਉਹ ਸਮਝਦੀ ਸੀ ਗੁਰਦੇਵ ਨਿਆਣੇ ਦਾ ਕੀ ਹੈ ਮੇਰਾਬ 5-4 ਮਿੰਟ ਦਾ ਉੱਲਾ ਹੀ ਰੱਖ ਜਾਵੇ ਤੇ ਗੁਰਦੇਵ ਹੁਣ ਗਬਰੂ ਸੀ ਦਾੜੀ ਮੁੱਛਾਂ ਦਾ ਸੁਨਿਆ ਲੈ ਕੇ ਆਏ ਪੂਰੇ-ਪੂਰੇ ਵਾਲਾਂ ਦੀ ਲੋਈ ਜੋ ਉਹਦੇ ਬਚਪਨ ਤੇ ਜਵਾਨੀ ਵਿੱਚ ਕਾਰ ਵੰਡ ਦੀ ਲਕੀਰ ਵਾਂਗ ਸੀ ਵਧੇਰੇ-ਵਧੇਰੇ ਉਗੜਦੀ ਆਉਂਦੀ ਸੀ ਪਰ ਅਸੋ ਲਈ ਅਜੇ ਉਹ ਨਿੱਕੇ ਜੇ ਬੱਚੇ ਤੋਂ ਨਹੀਂ ਸੀ ਵਧਿਆ ਘਰ ਦਾ ਖੇਤ ਦਾ ਕੋਈ ਕੰਮ ਜਿਆ ਨਹੀਂ ਸੀ ਜਿਹਦੇ ਵਿੱਚ ਅਸੋ ਗੁਰਦੇਵ ਨੂੰ ਕੱਲਾ ਛੱਡ ਦਿੰਦੀ ਹੋਵੇ ਉਹਨੂੰ ਹਮੇਸ਼ਾ ਇਹੋ ਲੱਗਦਾ ਰਹਿੰਦਾ ਕਿ ਗੁਰਦੇਵ ਅਜੇ ਕਿਸੇ ਨਿੱਕੇ-ਮੋٹے ਕੰਮ ਨੂੰ ਵੀ ਕੱਲਾ ਕਰ ਸਕਣ ਦੇ ਸਮਰੱਥ ਨਹੀਂ ਸੀ ਅਗਵਾੜ ਦੇ ਮੁੰਡੇ ਕਹਿੰਦੇ ਗੁਰਦੇਵਿਆ ਚਾਚੀ 15 ਸਾਲਾਂ ਤੋਂ ਕਾਲੇ ਬਲਦ ਵਾਂਗੂ ਮਿੱਟੀ ਨਾਲ ਮਿੱਟੀ ਬਣੀ ਰਹੀ ਐ ਹੁਣ ਤੂੰ ਉਹਨੂੰ ਸੌਖੀ ਕਰ ਦੇ ਤੇ ਉਹਦੇ ਚਾਚੇ ਤਾਏ ਆਖਦੇ ਮੁੰਡਿਆ ਤੇਰੀ ਮਾਂ ਨੇ ਤੈਨੂੰ ਬੜੇ ਦੋਸਕਾਂ ਨਾਲ ਪਾਲਿਆ ਹੁਣ ਉਹਨੂੰ ਦਮ ਦਵਾ ਦੇ ਤੇ ਗੁਰਦੇਵ ਆਪ ਵੀ ਮਾਂ ਦਾ ਬਾਹਾਂ ਛਾੜ ਕੇ ਜ਼ਿੰਦਗੀ ਨਾਲ ਘੋਲ ਕਰਨਾ ਯਾਦ ਕਰਦਾ ਤਾਂ ਉਹਦਾ ਜੀ ਚਾਹੁੰਦਾ ਕਿ ਮਾਂ ਹੁਣ ਟਿੱਕੇ ਬੈਠ ਜਾਏ ਚਾਰ ਦਿਨ ਸੁੱਖ ਵੀ ਵੇਖ ਲਏ ਪਰ ਉਹ ਮਾਂ ਨੂੰ ਅਜਿਹੀ ਸਲਾਹ ਦਿੰਦਾ ਤਾਂ ਹੱਸ ਪੈਂਦੀ ਮੇਰੇਆ ਬੱਚੜਿਆ ਤੂੰ ਨਿੱਕਾ ਜਿਹਾ ਫੁੱਲ ਦੁੱਖ ਸੁੱਖ ਦੀਆਂ ਧੁੱਪਾਂ ਛਾਵਾਂ ਕੱਲਾ ਚੱਲਣ ਜਾਊਗਾ ਤੂੰ ਅਜੇ ਕਿੱਥੇ ਐ ਮੈਨੂੰ ਥੱਕੇਵਾ ਕਾਦਾ ਤੈਨੂੰ ਵੇਖ ਵੇਖ ਕੇ ਮੈਂ ਤਾਂ ਹਵਾ ਚੁੜਦੀ ਫਿਰਦੀ ਆਂ ਹੋਰ ਵੱਡਾ ਹੋਲ ਐ ਆਪੇ ਸੰਭੀ ਸਾਰਾ ਤੇ ਕਦੀ ਕਦੀ ਆਸੂ ਆਪਣੀ ਆਪਣੇ ਖੇਤ ਦੁਸਾਂਗੀ ਟਾਲੀ ਟਾਲੀ ਹੇਠ ਬੈਠੀ ਹੁੰਦੀ ਤਾਂ ਉਦਾਸ ਹੋ ਜਾਂਦੀ ਜਦੋਂ ਸੁੱਚਾ ਸਿੰਘ ਦੀ ਰੋਟੀ ਲੈ ਕੇ ਆਉਂਦੀ ਹੁੰਦੀ ਸੀ ਕੋਈ ਇਸੇ ਟਾਲੀ ਹੇਠ ਬੈਠ ਕੇ ਰੋਟੀ ਖਾਇਆ ਕਰਦਾ ਸੀ ਫਿਰ ਜਦੋਂ ਗੁਰਦੇਵ ਜੰਮਿਆ ਸੀ ਤਾਂ ਖੇਤ ਰੋਟੀ ਦੇਣ ਆਈ ਉਹਨੂੰ ਵੀ ਨਾਲ ਲੈ ਆਉਂਦੀ ਸੀ ਇਸੇ ਟਾਲੀ ਹੇਠ ਬੈਠੀ ਕਿੰਨਾ ਕਿੰਨਾ ਚਿਹਰਾ ਦੋਵੇਂ ਉਹਨੂੰ ਘਾਉ ਉਤੇ ਖੇਡਦਿਆਂ ਵੇਖਦੇ ਰਹਿੰਦੇ ਸਨ ਗਦਗਦ ਹੁੰਦੇ ਰਹਿੰਦੇ ਸਨ ਉਸ ਨਾਲ ਚੌੜ ਕਰਦੇ ਰਹਿੰਦੇ ਸੀ ਬਸ ਉਹ ਦਿਨ ਸਨ ਜੋ ਆਸੂ ਦੀ ਵਿਆਹ ਪਿੱਛੋਂ ਦੀ ਜ਼ਿੰਦਗੀ ਵਿੱਚ ਠੰਡੀ ਛਾਂ ਵਰਗੇ ਸਨ ਬਾਕੀ ਸਾਰੀ ਕੜਕ ਦੀ ਧੁੱਪੀ ਧੁੱਪ ਸੀ ਪਰ ਹੁਣ ਜਦੋਂ ਇਹ ਠੰਡੀ ਛਾਂ ਵਰਗੇ ਦਿਨ ਵੀ ਯਾਦ ਆਉਂਦੇ ਸਨ ਤਾਂ ਆਸੂ ਦੀ ਜਿੰਦ ਨੂੰ ਕੜਕ ਦੀ ਧੁੱਪ ਨਾਲ ਉਬਦੇ ਰਹੇ ਭੁੰਨ ਦੇ ਸਾੜਦੇ ਸਨ ਉਹ ਜਿੱਤਿਆਂ ਨੂੰ ਪਹੁੰਚੀ ਨਹੀਂ ਸੀ ਤੇ ਗੁਰਦੇਵ ਅਜੇ 7-8 ਸਾਲਾਂ ਦਾ ਸੀ ਕਿ ਸੁੱਚਾ ਸਿੰਘ ਬਾਹ ਛੱਡ ਕੇ ਤੁਰ ਗਿਆ। ਇੱਕ ਵਾਰ ਤਾਪ ਕੀ ਚੜਿਆ ਫਿਰ ਉਹਨੇ ਉਤਰਨ ਦਾ ਨਾ ਹੀ ਨਾ ਲਿਆ। ਸਭ ਉਪਾ ਝੂਠੇ ਪੈਂਦੇ ਰਹੇ ਤੇ ਸੁੱਚਾ ਸਿੰਘ ਛੱਪੜ ਦੇ ਪਾਣੀ ਵਾਂਗ ਸੁੱਕਦਾ ਗਿਆ। 20 ਦਿਨ ਮੰਜੇ ਤੇ ਪੈ ਕੇ ਅੰਤ ਨੂੰ ਉਹ ਅੱਖਾਂ ਮੀਟ ਗਿਆ। ਅਸੋ ਲਈ ਚਾਰ ਚਫੇਰੇ ਘੋਰ ਹਨੇਰਾ ਸੀ। ਕਾਲੀ ਬੋਲੀ ਰਾਤ ਜਿਸਟ ਹੱਥ ਮਾਰਿਆਂ ਵੀ ਵਿਖਾਈ ਨਹੀਂ ਸੀ ਦਿੰਦਾ। ਸਿਰ ਦੀਆਂ ਲਟੋਰੀਆਂ ਉਹਨੇ ਪੁੱਟ ਵਗਾਈਆਂ। ਹੇ ਕੋਨੇ ਪੇਟ ਪੇਟ ਕੇ ਸੁਜਾਲੀ ਅੱਖਾਂ ਦੇ ਖੂ ਉਹਦੇ ਕੁਲੰਝ ਕੁਲੰਝ ਕੇ ਖਾਲੀ ਕਰ ਲਏ ਕੋਕਾ ਮਾਰ ਮਾਰੋ ਨੇ ਸੱਤੇ ਅਸਮਾਨ ਹਿਲਾ ਛੱਡੇ ਸਾਰੇ ਪਿੰਡ ਚ ਤਰਾਸ ਤਰਾਸ ਹੋ ਰਹੀ ਸੀ ਰੱਬ ਨੇ ਬੜਾ ਜ਼ੁਲਮ ਕੀਤਾ ਸੀ ਹਾਰ ਸ਼ਿੰਗਾਰ ਦੀ ਰੁੱਤੇ ਆਸੋ ਤੇ ਖੇਡਣ ਦੀ ਉਮਰੇ ਗੁਰਦੇਵ ਕੱਲੇ ਰਹਿ ਗਏ ਸਾਖਸ ਕੀਰੀਆਂ ਵਾਲੇ ਦੋ ਦੋ ਵਾਰ ਦੁੱਖ ਸੁੱਖ ਕਰਨ ਆਏ ਤੇ ਮੁੜ ਗਏ ਤੇ ਆਸੋ ਦਾ ਭਾਈ ਜੱਗਰ ਆਪਣੇ ਘਰ ਦੇ ਕੰਮ ਕਾਰ ਛੱਡ ਕੇ ਮੀਨਾ ਸਵਾਮੀ ਨਾਲ ਉਹਦੇ ਕੋਲ ਰਿਹਾ ਪਰ ਪਿੱਛੇ ਉਹਦਾ ਵੀ ਨਹੀਂ ਸੀ ਸਰਦਾ। ਉਹਦੀ ਘਰਵਾਲੀ ਬਿਮਾਰ ਰਹਿੰਦੀ ਸੀ ਤੇ ਨਿੱਕੇ-ਨਿੱਕੇ ਬਾਲ ਬੱਚੇ ਸਨ। ਜੱਗਰ ਸਿੰਘ ਆਪਣੀ ਥੋੜੀ ਜੀ ਜ਼ਮੀਨ 'ਚੋਂ ਮਸਾ-ਮਸਾ ਪਰਿਵਾਰ ਦਾ ਪੇਟ ਪਾਲਦਾ ਸੀ। ਚਾਹੁੰਦਿਆਂ ਹੋਇਆਂ ਵੀ ਆਸੂ ਕੋਲ ਬਹੁਤਾ ਸਮਾਂ ਠਹਿਰਨਾ ਉਹਦੇ ਲਈ ਸੰਭਵ ਨਹੀਂ ਸੀ। ਸਿਰੋਂ ਨੰਗੀ ਹੋ ਗਈ ਭੈਣ ਨੂੰ ਜੱਗਰ ਦਲਾਸੇ ਦਿੰਦਾ ਰਿਹਾ, ਸੰਭਲਣ ਦੇ ਤਰਲੇ ਕਰਦਾ ਰਿਹਾ, ਮੱਤਾਂ ਦੇ ਦੇ ਸਮਝਾਉਂਦਾ ਰਿਹਾ। ਗੁਰਦੇਵ ਨੂੰ ਉਹਦੀ ਬੁੱਕਲ 'ਚ ਬਿਠਾ ਕੇ ਉਹਦੀਆਂ ਸੰਗੜੇ ਨੇ ਰੇਨਲ ਭਰ ਚੁਕੀਆਂ ਅੱਖਾਂ 'ਚ ਚਾਨਣ ਦੀ ਕਿਰਸ਼ਮ ਪਾਉਣ ਦੇ ਯਤਨ ਕਰਦਾ ਰਿਹਾ। ਅਸੋ ਸੁੱਚਾ ਸਿੰਘ ਦੇ ਭੋਗ ਤੋਂ ਪਿੱਛੋਂ ਵੀ ਕਿੰਨੇ ਹੀ ਦਿਨ ਰਜਿੰਦ ਜੀ ਹੋਈ ਰਹੀ। ਮੈਲੇ ਕੁਚਾਲੇ ਕੱਪੜੇ ਸਿਰ ਤੇ ਅੱਧ-ਪੁੱਟੇ ਉਲਝੇ ਹੋਏ ਵਾਲ, ਮੂੰਹ ਤੇ ਹੰਝੂਆਂ ਦੀਆਂ ਘਰਾਲਾਂ ਦੇ ਨਿਸ਼ਾਨ। ਪੈ ਭੀਤ ਸਖਣੀਆਂ ਸਖਣੀਆਂ, ਚਿੱਟੀਆਂ-ਚਿੱਟੀਆਂ ਅੱਖਾਂ ਨਾਲ ਜਿੱਧਰ ਵੇਖਦੀ ਵੇਖੀ ਜਾਂਦੀ। ਪਰ ਵਿਖਾਈ ਨੂੰ ਤਦ ਵੀ ਕੁਝ ਨਹੀਂ ਸੀ ਦੇ ਰਿਹਾ। ਜੱਗਰ ਭੈਣ ਕੋਲ ਬੈਠਾ ਉਹਦਾ ਮੱਥਾ ਘੁੱਟਦਾ ਚਾਹ ਦੀ ਕੌਲੀ ਮੱਲੂ ਜੂਰੀ ਉਹਦੇ ਮੂੰਹ ਨੂੰ ਲਾਉਂਦਾ ਨਿੱਕੇ ਨਿੱਕੇ ਗੱਲਾਂ ਚ ਪਾ ਕੇ ਉਹਦੇ ਮਨ ਨੂੰ ਵਰਤ ਚੁੱਕੇ ਭਾਣੇ ਦੀਆਂ ਸੋਚਾਂ ਵੱਲੋਂ ਮੋੜਨ ਦਾ ਯਤਨ ਕਰਦਾ ਸੁੱਚਾ ਸਿੰਘ ਨੂੰ ਗੁਜ਼ਰਿਆਂ ਸਵਾ ਮਹੀਨਾ ਹੋ ਗਿਆ ਤਾਂ ਅਸੂ ਉੱਠ ਕੇ ਨਾਤੀ ਉਹਨੇ ਚੌਂਕੇ 'ਚ ਪੈਰ ਰੱਖਿਆ ਹੌਲੀ ਹੌਲੀ ਉਹ ਘਰ ਦੇ ਨਿੱਕੇ ਨਿੱਕੇ ਕੰਮਾਂ ਨੂੰ ਹੱਥ ਪਾਉਣ ਲੱਗ ਪਈ ਜੱਗਰ ਸਿੰਘ 2-4 ਦਿਨਾਂ ਲਈ ਪਿੰਡ ਜਾਣ ਲੱਗਿਆ ਤਾਂ ਉਹਨੇ ਭੈਣ ਨਾਲ ਸਲਾਹ ਕੀਤੀ ਵੀ ਦੁਬਾਰਾ ਆ ਕੇ ਉਹ ਮਾਲ ਮੰਡੀ 'ਚ ਬਲਦ ਵੇਚ ਆਏਗਾ ਤੇ ਜਮੀਨ ਠੇਕੇ ਤੇ ਚੜ ਜਾਏਗਾ ਆ ਸੁੱਚੂਪ ਕਰਕੇ ਸੁਣਦੀ ਰਹੀ ਜੱਗਰ ਦੇ ਜਾਣ ਪਿਛੋ ਚਾਰੇ ਪੰਜੇ ਦਿਨ ਅਸੋ ਜੁਚਤੀ ਚ ਪਈ ਰਹੀ ਰਾਤ ਨੂੰ ਉਹ ਗੁਰਦੇਵ ਨੂੰ ਹਿੱਕ ਨਾਲ ਲਾ ਕੇ ਪਈ ਸੋਚਦੀ ਰਹਿੰਦੀ ਸੋਚਦੀ ਰਹਿੰਦੀ ਤੇ ਕੁੱਕੜ ਬਾਂਗਾ ਦੇਣ ਲੱਗ ਪੈਂਦੇ ਅੰਤੋਂ ਨੇ ਆਪਣੇ ਮਨ ਚਕ ਨਿਸ਼ਚਾ ਕਰ ਲਿਆ ਤੇ ਜਦੋਂ ਜੱਗਰ ਸਿੰਘ ਆਇਆ ਬਲਦ ਵੇਚਣ ਤੋਂ ਨਾ ਕਰਦੀ ਉਹ ਭਰਾ ਨੂੰ ਸਮਝਾਉਂਦੀ ਰਹੀ ਵੀ ਕੱਲ ਨੂੰ ਜਦੋਂ ਗੁਰਦੇਵ ਗੱਭਰੂ ਹੋਊਗਾ ਵਾਈ ਦਾ ਸਾਰਾ ਡੰਬਰ ਦੁਬਾਰਾ ਰਚਣਾ ਕਿੰਨਾ ਔਖਾ ਹੋ ਜਾਏਗਾ ਕੀ ਹੋ ਗਿਆ ਜੇ ਸੁੱਚਾ ਸਿੰਘ ਪਿੱਟ ਕਰਕੇ ਤੁਰ ਗਿਆ ਸੀ ਉਹਦੇ ਘਰ ਨੂੰ ਜਿਹਦੇ ਬਾਰੇ ਵਾਸੋ ਨਾਲ ਮਿਲ ਕੇ ਸਿਆਂ ਸੁਪਨੇ ਬੁਣਿਆ ਕਰਦਾ ਸੀ ਤਬਾ ਨਹੀਂ ਹੁੰਦੇਗੀ ਉਹਦੀ ਨਿਸ਼ਾਨੀ ਗੁਰਦੇਵ ਨੂੰ ਜਿਹਨੂੰ ਕੰਮ 'ਚ ਥੱਕ ਟੁੱਟ ਕੇ ਖੇਤੋਂ ਆਇਆ ਖੇਤੋਂ ਆਇਆ ਸੁੱਚਾ ਸਿੰਘ ਹਿੱਕ ਤੇ ਪਾ ਕੇ ਸਾਰਾ ਥਕੇਵਾਂ ਲਾ ਲੈਂਦਾ ਸੀ ਰੋਲਰ ਨਹੀਂ ਦੇਵੇਗੀ ਜਗਰ ਸਿੰਘ ਭੈਣ ਨਾਲ ਸਦਾ ਲਈ ਸਿਰ ਤੇ ਹੱਥ ਰੱਖਣ ਤੇ ਛੇਤੀ ਫੇਰ ਮਿਲਣ ਆਉਣ ਦਾ ਇਕਰਾਰ ਕਰਕੇ ਪਿੰਡ ਨੂੰ ਮੁੜ ਗਿਆ ਆਸੂ ਦੀ ਜ਼ਮੀਨ ਇਹ ਨਾ ਕਹਿਰ ਭਰੇ ਦਿਨਾਂ 'ਚ ਗਲੀ ਗਵਾਨ ਦੇ ਲੋਕਾਂ ਨੇ ਪਾਣੀ ਲਾ ਕੇ ਬੀਜ ਦਿੱਤੀ। ਉਹਦੀ ਹਾੜੀ ਦੀ ਫਸਲ ਜਿਹਨੂੰ ਸੁੱਚਾ ਸਿੰਘ ਹੱਥੀਂ ਬੀਜ ਗਿਆ ਸੀ ਪਰ ਵੱਢਣ ਤੋਂ ਪਹਿਲਾਂ ਤੁਰ ਗਿਆ ਸੀ। ਲੋਕਾਂ ਨੇ ਕੱਢ ਕੇ ਉਹਦੇ ਘਰ ਢੇਰੀ ਕਰਤੀ ਸੀ। ਹਰ ਕਿਸੇ ਨੂੰ ਆਸੂ ਨਾਲ ਹਮਦਰਦੀ ਸੀ। ਤੇ ਜਿਸ ਦਿਨ ਆਸੂ ਗੁਰਦੇਵ ਨੂੰ ਉਂਗਲੀ ਲਾ ਕੇ ਸੁੱਚਾ ਸਿੰਘ ਪਿੱਛੋਂ ਪਹਿਲੀ ਵਾਰ ਖੇਤ ਢੇਡਾ ਮਾਰਨ ਗਈ। ਕਪਾ 12-12 ਪੱਤੇ ਕੱਢ ਚੁੱਕੇ ਸੀ। ਉਨੇ 5-7 ਦਿਹਾੜੀਆਂ ਕੀਤੇ ਗੋਡੀ ਕਰਨ ਲੱਗ ਪਏ ਦੋ ਦਿਨਾਂ ਚ ਗੋਡੀ ਦਾ ਕੰਮ ਲਗਭਗ ਨਿਪਟ ਗਿਆ ਬਸ ਦੋ ਕੋਖਿਆਰੇ ਬਾਕੀ ਰਹਿ ਗਏ ਤੀਜੇ ਦਿਨ ਅਸੋ ਇੱਕ ਦਿਹਾੜੀਆ ਕੰਮ ਕਰਨ ਲਈ ਤੁਰ ਪਈ ਪਰ ਗਲੀ ਦੇ ਮੋੜ ਤੋਂ ਮੋੜ ਐਗੀ ਹਰ ਨਿੱਕੇ ਮੋਟੇ ਕੰਮ ਪਿੱਛੇ ਉਹ ਕਿੰਨੇ ਕ ਦਿਨ ਦਿਹਾੜੀਏ ਕਰੇਗੀ ਉਹਨੇ ਰੋਟੀ ਪਕਾਈ ਡੇਲਿਆਂ ਦੇ ਆਚਾਰ ਰੱਖ ਕੇ ਪੋਣੇ ਲੜ ਬੰਨ ਲਈ ਗੁਰਦੇਵ ਨੂੰ ਉਂਗਲੀ ਲਾ ਕੇ ਤੇ ਕਸੀਆ ਮੋਢੇ ਤੇ ਰੱਖ ਕੇ ਉਹ ਖੇਤ ਪਹੁੰਚ ਗਈ ਗੁਰਦੇਵ ਦਸਾਂਗੀ ਟਾਲੀ ਹੇਠ ਪਾਣੀ ਦੀ ਤੌੜੀ ਖੁਲ ਖੇਡਣ ਲੱਗ ਪਿਆ ਉਹ ਰੱਬ ਦਾ ਨਾਮ ਲੈ ਕੇ ਗੁੱਡੀ ਤੋਂ ਬਿਨਾ ਰਹਿ ਕੇ ਕਿਆ ਰਿਆਂ ਚ ਜਾ ਲੱਗੀ ਇੱਕ ਵਾਰ ਤਾਂ ਉਹਦੀ ਧਾ ਨਿਕਲ ਗਈ ਰੱਬ ਨੇ ਕਿਹੇ ਦਿਨ ਵਿਖਾਏ ਸੀ ਪਰ ਰੋਣ ਦਾ ਰਾਹ ਤਾਂ ਉਹਦਾ ਰਾਹ ਨਹੀਂ ਸੀ ਉਹਨੇ ਦਿਲ ਕਰੜਾ ਕੀਤਾ ਤੇ ਕਸੀਏ ਦੇ ਟੱਕ ਲਾਉਣ ਲੱਗ ਪਈ ਕਈ ਵਾਰ ਕਸੀਆ ਡੂੰਗਾ ਖੁੱਬ ਜਾਂਦਾ ਕਈ ਵਾਰ ਜ਼ਮੀਨ ਦੇ ਉੱਤੇ ਹੀ ਤਿਲ ਖ ਜਾਂਦਾ ਇੱਕ ਵਾਰ ਕਸੀਆ ਉਸ ਦੇ ਗਿੱਟੇ ਨੂੰ ਛੋ ਕੇ ਲੰਘਿਆ ਤੇ ਚਮੜੀ ਚਰੀਟੀ ਗਈ ਪਰ ਆਸ ਉਹ ਦ੍ਰਿੜ ਸੀ ਰੋਟੀ ਵੇਲੇ ਤੋਂ ਪਹਿਲਾਂ ਪਹਿਲਾਂ ਉਨੇ ਅੱਧੇ ਕਿਾਰੇ ਤੇ ਕਾਫੂਸ ਦੀ ਘਟਵਡ ਕਰਦੀ ਤੇ ਦੁਪਹਿਰੇ ਜਦੋਂ ਆਸੋ ਘਰ ਮੁੜੀ ਤਾਂ ਭਾਵੇਂ ਸੁੱਚਾ ਸਿੰਘ ਉਹਦੇ ਬਹੁਤ ਹੀ ਯਾਦ ਆ ਰਿਹਾ ਸੀ ਪਰ ਉਹ ਕੁਝ ਹੌਲੀ ਹੌਲੀ ਅਨੁਭਵ ਕਰ ਰਹੀ ਸੀ ਉਹ ਦਿਨ ਸੋ ਦਿਨ ਆਸੋ ਹਲਵਾਉਂਦੀ ਸੀ ਗੁੱਡੀਆਂ ਕਰਦੀ ਸੀ ਪਾਣੀ ਲਾਉਂਦੀ ਸੀ ਫਸਲਾਂ ਵੱਢਦੀ ਸੀ ਪਿੜ ਕੱਢਦੀ ਸੀ ਉਹ ਲੱਕ ਨੂੰ ਚੁੰਨੀ ਬੰਨ ਲੈਂਦੀ ਕੰਮ ਤੇ ਟੁੱਟ ਕੇ ਪੈ ਜਾਂਦੀ ਗੁਰਦੇਵ ਉਹਦੇ ਨਾਲ ਨਿੱਕੇ ਨਿੱਕੇ ਹੱਥ ਸਾਂਝੇ ਕਰਦਾ ਰਹਿੰਦਾ ਉਹ ਪਾਣੀ ਲਾਉਂਦੀ ਗੁਰਦੇਵ ਦੱਸਦਾ ਕਿ ਕਿਹੜਾ ਸਿਰੇ ਲੱਗਿਆ ਸੀ ਜਾਨੀ ਬੀ ਪਾਉਂਦੀ ਦੀ ਉਹਦੀ ਝੋਲੀ ਊਣੀ ਹੋ ਜਾਂਦੀ ਗੁਰਦੇਵ ਟਾਲੀ ਪਈ ਬੋਰੀ ਚ ਸਮੋਸੇ ਦੇ ਲੜ ਚ ਪਾ ਕੇ ਬੀ ਲਿਆ ਦਿੰਦਾ ਉਹ ਗੋਡੀ ਕਰਦੀ ਗੁਰਦੇਵ ਘਾਫੂਸ ਚੁਕ ਚੁਕ ਕੇ ਢੇਰੀ ਲਾਉਂਦਾ ਰਹਿੰਦਾ ਉਹ ਫਸਲਵੜ ਦੀ ਗੁਰਦੇਵ ਰੁਗ ਚੁਕ ਚੁਕ ਕੇ ਥੱਬੇ ਬਣਾ ਦਿੰਦਾ ਉਹ ਤੰਗਲੀ ਨਾਲ ਪੈਰੀ ਠੀਕ ਕਰਦੀ ਗੁਰਦੇਵ ਫਲਾ ਹੱਕਦਾ ਸਾਰੇ ਪਿੰਡ ਚ ਕੀ ਆਲੇ ਦੁਆਲੇ ਦੇ ਪਿੰਡਾਂ ਚ ਵੀ ਗੱਲਾਂ ਹੋਣ ਲੱਗ ਪਈਆਂ ਸੀ ਲੋਕੀ ਸੱਥਾਂ ਚ ਬੈਠ ਬੈਠ ਕੇ ਆਸੋ ਦੀ ਕਮਾਈ ਨੂੰ ਧੰਨ ਧੰਨਾ ਆਖਦੇ ਉਹਦੇ ਜਿਗਰੇ ਦੀਆਂ ਉਹਦੀ ਹਿੰਮਤ ਦੀਆਂ ਉਹਦੇ ਸਬਰ ਦੀਆਂ ਕਹਾਣੀਆਂ ਪਾਉਂਦੇ ਆਸੋ ਕਦੀ ਕਿਸੇ ਨੂੰ ਕੋਈ ਕੰਮ ਆਖਦੀ ਉਹਦਾ ਆਖਿਆ ਕੋਈ ਨਾ ਮੁੜਦਾ ਆਸੋ ਤੀਵੀਂ ਤੋਂ ਬੰਦਾ ਬਣ ਗਈ ਸੀ ਆਸੋ ਗੁਰਦੇਵ ਦਾ ਪਿਓ ਬਣ ਗਈ ਸੀ ਆਸੋ ਆਪਣਾ ਘਰ ਵਾਲਾ ਬਣ ਗਈ ਸੀ ਜੀਵਨ ਦੇ ਸੰਘਣੇ ਨੇਰੇ ਚ ਆਸੋ ਟੋ ਟੋ ਤੁਰਦੀ ਰਹੀ ਹੁਣ ਕੁਝ ਉਹਦੀਆਂ ਅੱਖਾਂ ਨੇਰੇ ਨਾਲ ਰਚ ਵਿੱਚ ਗਈਆਂ ਕੁਝ ਰਾਤ ਵੀ ਢਲ ਚੱਲੀ ਸੀ ਗੁਰਦੇਵ ਉਡਾਰ ਹੋ ਚੱਲਿਆ ਸੀ ਆਸੋ ਨੂੰ ਜਿਵੇਂ ਪਗਡੰਡੀ ਵਿਖਾਈ ਦੇਣ ਲੱਗ ਪਈ ਉਹ ਗੁਰਦੇਵ ਨੂੰ ਅੱਧ ਰਿੜਕਿਆ ਪਿਆਉਂਦੀ ਮੱਖਣੀ ਤੇ ਬਦਾਮਾਂ ਦੀਆਂ ਗਿਰੀਆਂ ਖਵਾਉਂਦੀ ਦੁੱਧ ਨਾਲ ਰਜਾਉਂਦੀ ਉਹਨੂੰ ਹਰ ਬਲਾ ਤੋਂ ਬਚਾਉਣ ਲਈ ਕੁੱਕੜੀ ਵਾਂਗ ਖੰਭਾਂ ਹੇਠ ਲੈ ਕੇ ਸੌਂ ਜਾਂਦੀ ਕਦ ਬੁੱਤ ਦਾ ਸੁੱਚਾ ਸਿੰਘ ਵੀ ਨਰਵਾ ਸੀ ਅਸੋ ਵੀ ਮਰਦਾਂ ਵਰਗੀ ਸੀ ਗੁਰਦੇਵ ਉੱਤੇ ਆਏ ਦਿਨ ਨਵਾਂ ਵਾਰ ਆਉਂਦਾ ਸੀ ਜਿਉਂ-ਜਿਉਂ ਤਕੜਾ ਹੋ ਰਿਹਾ ਸੀ ਅਸੋ ਹੋਰ ਹੱਡ ਭਨਵੀ ਕਮਾਈ ਕਰਦੀ ਸੀ ਪਿੰਡ ਦੇ ਲੋਕ ਆਖਦੇ ਇਹ ਸੋਰੀ ਥੱਕਦੀ ਨਹੀਂ ਧੰਨ ਜਨਮ ਇਹਦਾ ਇਹਦੇ ਤਾਂ ਸਵੇਰੇ ਦਰਸ਼ਨ ਹੋ ਜਾਣ ਪਾਪ ਕੱਟੇ ਜਾਣ ਪਿੰਡ ਦੀਆਂ ਇਸਤਰੀਆਂ ਕਹਿੰਦੀਆਂ ਕੁੜਿਆਸੋ ਇਹ ਤੂੰ ਹੀ ਸੀ ਜਿਹੜੀ ਇਹ ਸੱਟ ਇਉਂ ਚੱਲ ਗਈ ਇਹ ਕਾਲੀ ਬੋਲੀ ਰਾਤ ਇਉਂ ਲੰਘਾ ਗਈ ਤੇਰੀ ਥਾਂ ਕੋਈ ਹੋਰ ਹੁੰਦੀ ਥੱਕ ਹਰ ਜਾਂਦੀ ਢੇਰੀ ਢਾਹ ਬੈਠਦੀ ਮਰ ਮੁੱਕ ਜਾਂਦੀ ਤੇ ਜਵਾਕ ਵਿਚਾਰਾ ਮਿੱਟੀ 'ਚ ਰੁੜ ਜਾਂਦਾ ਪਿੰਡ ਦੇ ਮੁੰਡੇ ਕਹਿੰਦੇ ਚਾਚੀ ਕੋਈ ਸਾਡੇ ਕਰਨ ਵਾਲਾ ਕੰਮ ਹੋਵੇ ਦੱਸੀ ਤੇਰਾ ਕੰਮ ਕਰਨਾ ਤਾਂ ਪੁੰਨ ਵਾਲੀ ਗੱਲ ਆ ਤੇ ਜਦੋਂ ਵੀ ਆਸੋ ਦੁੱਸਾਂਗੀ ਟਾਲੀ ਟਾਲੀ ਹੇਠ ਬੈਠਦੀ ਉਹਨੂੰ ਸੁੱਚਾ ਸਿੰਘ ਅੰਤਾਂ ਦਾ ਯਾਦ ਆਉਂਦਾ ਉਹਦੀਆਂ ਅੱਖਾਂ ਪਰ ਪਰ ਆਉਂਦੀਆਂ ਪਰ ਉਹ ਚੁੰਨੀ ਦੇ ਲਾੜ ਨਾਲ ਹੰਝੂ ਪੂੰਝ ਸੁੱਟਦੀ ਜਿਉ ਉਹਨੇ ਰੋਣ ਦਾ ਰਾਹ ਫੜਿਆ ਹੁੰਦਾ ਉਹਦਾ ਕੁਝ ਨਹੀਂ ਸੀ ਬੰਨਾ ਕਈ ਵਾਰ ਆਸੋ ਦੇ ਮਨ ਚ ਆਉਂਦਾ ਜੇ ਸੁੱਚਾ ਸਿੰਘ ਆਵੇ ਬਸ ਇੱਕ ਵਾਰ ਆਵੇ ਬਹੁਤਾ ਨਹੀਂ ਇੱਕ ਪਲ ਲਈ ਆਵੇ ਉਹਨੂੰ ਵਿਖਾਵੇ ਵੀ ਉਹਦੀ ਅਮਾਨਤ ਉਹਨੇ ਕਿਵੇਂ ਸਾਹਮ ਸਾਹਮ ਰੱਖੀ ਸੀ ਉਹਨੇ ਸਭ ਕੁਝ ਆਪਣੀ ਜਿੰਦ ਤੇ ਸਹਿ ਲਿਆ ਸੀ ਪਰ ਗੁਰਦੇਵ ਨੂੰ ਸੇਕ ਨਹੀਂ ਸੀ ਲੱਗਣ ਦਿੱਤਾ ਉਹ ਆਪਣੇ ਹੱਥਾਂ ਪੈਰਾਂ ਵੱਲ ਵੇਖਦੀ ਉਹ ਹੁਣ ਜਿਵੇਂ ਔਰਤ ਨਹੀਂ ਸੀ ਰਹਿ ਗਈ ਚਾਲੀਆਂ ਦੀ ਅਜੇ ਹੋਈ ਨਹੀਂ ਸੀ ਤੇ ਉਹਦੇ ਅੰਗਾਂ 'ਚ ਕੋਈ ਲਚਕ ਨਹੀਂ ਸੀ ਰਹਿ ਗਈ। ਉਹਦੇ ਉਹਨੇ ਸਰੀਰ ਮਾਰ ਲਿਆ ਸੀ ਉਹ ਦੁੱਖਾਂ ਤੇ ਕੰਮਾਂ ਦੀ ਭੱਠੀ 'ਚ ਗਲ ਕੇ ਢਲ ਕੇ ਹੱਡ ਮਾਸ ਦੀ ਥਾਂ ਲੋਹੇ ਦੀ ਬਣ ਗਈ ਸੀ। ਜਦੋਂ ਦੀ ਗੁਰਦੇਵ ਦੇ ਲੋਈ ਫੁੱਟੇ ਸੀ ਪਿੰਡ ਦੇ ਸਿਆਣੇ ਲੋਕਾਂ ਸਾਨੂੰ ਵਰਜਦੇ ਭਾਈ ਬੱਚਾ ਤੂੰ ਬਥੇਰਾ ਤਪ ਕਰ ਲਿਆ ਤੇਰੀ ਰੱਬ ਨੇ ਸੁਣ ਲਈ। ਮੁੰਡਾ ਗਬਰੂ ਹੋ ਗਿਆ ਤੇਰਾ ਤੇਰੇਥੇ ਕਿਵੇਂ ਲਾਉਣ ਦੇ ਦਿਨ ਆਏ ਨੇ ਤੂੰ ਹੁਣ ਬੱਸ ਕਰ। ਅਸੋ ਘੁੰਡ 'ਚ ਨੀਵੀਂ ਪਾ ਕੇ ਬੋਲਦੀ ਬਾਬਾ ਜੀ ਥੋੜਾ ਹੱਥ ਸਿਰ ਤੇ ਰਹਿ ਫਿਰ ਕੋਈ ਓਕ ਨਹੀਂ ਤੀਵੀਆਂ ਕਹਿੰਦੀਆਂ ਕੁੜਿਆ ਸੋ ਤੂੰ ਕੰਮਾਂ ਚ ਚੂਰ-ਚੂਰ ਹੋ ਗਈਆਂ ਹੁਣ ਸਾਲ ਐ ਤੇਰਾ ਪੁੱਤ ਸਲੱਗ ਨਿਕਲਿਆ ਧਰਤੀ ਮਾਂ ਨੂੰ ਮੱਥਾ ਟੇਕ ਕੇ ਮਰਦਾਂ ਵਾਲਾ ਜਾਮਾ ਲਾਹ ਦੇ ਮੁੜ ਕੇ ਤੀਵੀ ਵੜ ਜਾ ਆਸੋ ਟਾਲ ਜਾਂਦੀ ਭੈਣੇ ਕੰਮਾਂ ਦਾ ਕਾਹਦਾ ਥਕੇਵਾ ਨਾਲੇ ਮੈਂ ਹੁਣ ਕੀ ਕਰਦੀ ਆਪੇ ਮੁੰਡਾ ਕਰਦਾ ਸਭ ਕੁਝ ਮੁੰਡੇ ਆਸੋ ਨੂੰ ਆਖਦੇ ਚਾਚੀ ਪੁੱਤ ਭਾਵੇਂ ਬੁढ़ा ਹੋ ਜਾਏ ਮਾਂ ਨੂੰ ਜੋ ਆ ਕੇ ਲੱਗਦਾ ਰਹਿੰਦਾ ਹੁਣ ਤੇਰਾ ਪੁੱਤ ਦੁੱਧ ਚੁੰਗਦਾ ਗੁਰਦੇਵ ਨਹੀਂ ਰਹਾ ਸਾਰੇ ਅਗਵਾੜ ਦੇ ਮੁੰਡੇ ਕੰਮ ਵਿੱਚ ਇਤੋਂ ਕੰਨ ਭੰਦਿਆ। ਤੂੰ ਚਾਚੀ ਹੁਣ ਦਮ ਲੈ। ਆਸੋ ਗਦਗਦ ਹੋ ਜਾਂਦੀ। ਤੁਹਾਡਾ ਭਰਾ ਹੈ। ਤੁਸੀਂ ਸਾਰੇ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ। ਆਸੋ ਸੋਚਦੀ ਏ ਸਾਰੇ ਲੋਕੋ ਨੂੰ ਥਕੇਵੇਂ ਥਕੇਵੇਂ ਦੀਆਂ ਗੱਲਾਂ ਕਹਿੰਦੇ ਰਹਿੰਦੇ ਐ ਪਰ ਥਕੇਵਾ ਉਹਨੂੰ ਆਪ ਕਿਉਂ ਨਹੀਂ ਸੀ ਲੱਗਦਾ? ਥਿੱਕੇਵਾ ਸੀ ਕਿੱਥੇ? ਉਹ ਆਪਣੇ ਡੋਲੇ ਆਪਣੀਆਂ ਪਿੰਜੜੀਆਂ ਟੋ ਟੁੱਥ ਥਕੇਵਾ ਭਾਲਦੀ ਥਕੇਵਾ ਕਿਤੇ ਨਹੀਂ ਸੀ। ਉਹ ਸੋਚਦੀ ਮੈਂ ਹੁਣ ਕੋਈ ਹੱਡ ਮਾਸ ਦੀ ਥੋੜਾ ਜੋ ਥੱਕਾਂਗੀ ਮੈਂ ਤਾਂ ਪੱਥਰ ਹੋ ਗਈਆਂ ਮੈਂ ਤਾਂ ਲੋਹਾ ਬਣ ਗਈਆਂ ਤੇ ਉਹਨੂੰ ਪਤਾ ਨਾ ਲੱਗਦਾ ਕਿ ਆਪਣੀ ਇਸ ਹਾਲਤ ਉੱਤੇ ਰੋਵੇ ਕਿ ਹੱਸੇ ਉਹ ਇੱਕ ਲੰਮਾ ਹੋਕਾ ਹੀ ਖਿੱਚ ਕੇ ਹਵਾ 'ਚ ਛੱਡ ਦਿੰਦੀ ਤੇ ਕੰਮਾਂ 'ਚ ਉਲਝ ਜਾਂਦੀ ਅੱਜ ਦੁਨਾਲੇ ਮੋਗੇ ਉੱਤੇ ਖੇਤ ਨੂੰ ਪਾਣੀ ਲਾਉਣ ਦੀ ਵਾਰੀ ਉਹਦੀ ਸੀ ਗੁਰਦੇਵ ਨੇ ਉਹਨੂੰ ਖੇਤ ਜਾਣੋਂ ਵਰਜਿਆ ਹੁਣ ਉਹ ਇਕੱਲਾ ਹੀ ਪਾਣੀ ਲਾ ਲਵੇ ਲਾ ਲਏਗਾ ਅਸੋ ਹੱਸਪੇ ਉਹ ਤੇਰੇ ਜਿੱਡਿਆਂ ਜਿੱਡਿਆਂ ਤੋਂ ਤਾਂ ਨੱਕ ਆਪ ਨਹੀਂ ਪੁੰਜਿਆ ਜਾਂਦਾ ਤੂੰ ਅਜੇ ਪਾਣੀ ਇਕੱਲਾ ਕਿੱਥੋਂ ਲਾ ਲੇਂਗਾ ਚੰਗਾ ਬੇਬੇ ਅੱਜ ਬੋਣਾ ਘਰੇ ਐ ਮੈਂ ਉਹਨੂੰ ਨਾਲ ਲੈ ਜਾਣਾ ਫੇਰ ਮੈਂ ਕਿਸੇ ਦਿਨ ਉਹਦੇ ਨਾਲ ਪਾਣੀ ਲਵਾ ਦੂੰਗਾ ਤੂੰ ਬੇਬੇ ਹੁਣ ਘਰ ਰਹਾ ਕਰ ਗੁਰਦੇਵ ਨੇ ਜ਼ੋਰ ਦੇ ਕੇ ਕਿਹਾ ਨਹੀਂ ਨਹੀਂ ਕਿਸੇ ਦਾ ਹਸਰਾ ਕੀ ਤੱਕਣਾ ਹੋਇਆ ਮੇਰਾ ਛੇਰ ਪੁੱਤ ਆਪਾਂ ਆਪੇ ਪਾਣੀ ਲਾਵਾਂਗੇ ਤੇ ਉਹਨੇ ਗੁਰਦੇਵ ਨੂੰ ਗੁੜ ਚਾਹ ਬੰਨਣ ਤੇ ਬੋਤਲ ਚ ਦੁੱਧ ਪਾਉਣ ਲਈ ਆਖਿਆ ਤੇ ਆਪ ਸੰਦੂਕ ਚੋਂ ਜੇਬੀ ਘੜੀ ਕੱਢ ਕੇ ਮੇਰਾ ਆਪ ਨਾਲ ਸਮਾਂ ਮਿਲਾਉਣ ਤੁਰ ਗਈ ਆਸੋ ਘੜੀ ਮਿਲਾ ਕੇ ਮੁੜੀ ਤਾਂ ਗਵਾਂਡੀਆਂ ਦੀ ਪੂਰੋ ਲੱਸੀ ਦਾ ਡੋਲੂ ਲੈ ਕੇ ਉਹਨਾਂ ਦੇ ਘਰੋਂ ਨਿਕਲ ਰਹੀ ਸੀ ਅਚਾਨਕ ਸਾਹਮਣਾ ਹੋ ਜਾਣ ਨਾਲ ਪੂਰੋ ਇੱਕ ਵਾਰ ਜਿਵੇਂ ਭਵਤਰ ਜੀ ਗਈ ਫਿਰ ਉਹ ਸੰਭਲ ਕੇ ਬੋਲੀ ਚਾਚੀ ਮੈਂ ਲੱਸੀ ਲੈਣ ਆਈ ਸੀ ਤੂੰ ਕਿੱਥੇ ਗਈ ਸੀ ਮੈਂ ਘੜੀ ਮਲਾ ਕੇ ਲਿਆਈਆਂ ਪੁੱਤ ਜੀ ਪਾਣੀ ਲਾਉਣਾ ਹੈ ਟਾਲੀ ਵਾਲੇ ਖੇਤ ਆਸੋ ਨੇ ਉੱਤਰ ਦਿੱਤਾ ਉਹਨੇ ਇੱਕ ਪਲ ਲਈ ਪੂਰੋ ਦਾ ਭਵਤਰ ਨਾਂ ਮੰਨ ਚ ਲਿਆਂਦਾ ਹੁਣ ਪਹਿਲਾਂ ਵੀ ਉਹ ਪਹਿਲਾਂ ਵੀ ਲੱਸੀ ਲੈਣ ਆਉਂਦੀ ਰਹਿੰਦੀ ਸੀ ਪਰ ਉਹ ਜੋ ਅੱਜ ਉਹਦਾ ਰੰਗ ਕਿਉਂ ਉੱਡ ਗਿਆ ਸੀ ਫਿਰ ਉਹਨੇ ਆਪ ਹੀ ਇਹ ਖਿਆਲ ਮਨ ਚੋਂ ਕੱਢ ਦਿੱਤਾ ਸੌ ਕੁੜੀ ਐ ਵਿਚਾਰੀ ਨਿੱਕੇ ਨਿੱਕੇ ਗੱਲ ਤੇ ਸੰਗ ਕੇ ਸੂਈ ਹੋ ਜਾਂਦੀ ਐ ਉਹ ਅੰਦਰ ਗਈ ਤਾਂ ਦਰਵਾਜ਼ੇ ਦੀ ਵਿਰਲ ਚੋਂ ਉਹਦੀ ਨਜ਼ਰ ਗੁਰਦੇਵ ਉੱਤੇ ਪਈ ਉਹਦੇ ਹੱਥ 'ਚ ਇੱਕ ਕੱਢਿਆ ਹੋਇਆ ਨਵਾਂ ਰੁਮਾਲ ਸੀ ਆਸੋ ਨੂੰ ਲੱਗਿਆ ਜਿਸ ਫਸਲ ਦੀਆਂ ਉਹਨੇ ਹਾੜ ਸਿਆਲੇ ਝੱਲ ਕੇ ਗੁੱਡੀਆਂ ਰੱਖੀਆਂ ਕੀਤੀਆਂ ਸੀ ਉਹ ਗੁੰਦਵੇਂ ਸਿੱਟਿਆਂ ਨਾਲ ਲੱਦੀ ਹੋਈ ਉਹਦੀਆਂ ਅੱਖਾਂ ਸਾਹਮਣੇ ਮੱਠੀ ਮੱਠੀ ਪਾਉਣ ਵਿੱਚ ਮਸਤ ਹੁਲਾਰੇ ਲੈ ਰਹੀ ਸੀ ਉਹਨੇ ਖੰਘੂਰ ਮਾਰੇ ਗੁਰਦੇਵ ਨੇ ਤਰਬ ਕੇ ਰੁਮਾਲ ਗੀਜੇ ਚ ਪਾ ਲਿਆ ਤੇ ਬੇਮਤਲਬ ਹੀ ਦੁੱਧ ਵਾਲੀ ਬੋਤਲ ਦਾ ਢੱਕਣ ਖੋਲ ਕੇ ਬੰਦ ਕਰਦਿਆਂ ਬੋਲਿਆ ਚੱਲ ਬੇਬੇ ਚਲਿਏ ਕੁਵੇਲਾ ਨਾ ਹੋ ਜਾਏ ਪੁੱਤ ਅੱਜ ਤੂੰ ਹੀ ਜਾ ਹੁਣ ਆਪੇ ਸੰਭ ਸਾਰਾ ਆਸੋ ਨੇ ਉੱਤਰ ਦਿੱਤਾ ਮਿੱਠੇ ਮਿੱਠੇ ਥੇ ਕਿਵੇਂ ਨਾਲ ਅਲਸਾਈ ਹੋਈ ਉਹ ਮੰਜੇ ਤੇ ਚੈ ਨਾਲ ਲੰਮੀ ਪੈ ਗਈ ਧੰਨਵਾਦ